ਪਿੰਡਾਂ ਚੋਂ ਜਿਹੜੀਆਂ ਬੇਅਦਬੀਆਂ ਸ਼ੁਰੂ ਹੋਈਆਂ ਸੀਗੀਆਂ, ਗੁਟਕਾ ਸਾਹਿਬ ਦੀ ਹੋ ਗਈ, ਪਾਵਨ ਸਰੂਪਾਂ ਦੀ ਹੋ ਗਈ, ਪਿੰਡਾਂ ਚੋਂ ਇਹ ਬੇਅਦਬੀਆਂ ਸ਼ੁਰੂ ਹੋ ਕੇ ਅੱਜ ਦਰਬਾਰ ਸਾਹਿਬ ਤੱਕ ਪਹੁੰਚ ਗਈਆਂ। ਉਹਦੇ ਵਿੱਚ ਲਪੇਟਿਆ ਸੀਗਾ ਬਾਬਾ ਭਨਿਆਰ ਵਾਲਿਆਂ ਨੂੰ, ਸ਼ਾਇਦ ਸੰਗਤ ਨੂੰ ਜਦ ਜੇ ਉਸ ਟਾਈਮ ਹੀ ਬੇਅਦਬੀ ਕਰਨ ਵਾਲੇ ਨੂੰ ਕਿਤੇ ਨੱਪਿਆ ਹੁੰਦਾ ਚੰਗੀ ਤਰ੍ਹਾਂ, ਸ਼ਾਇਦ ਅੱਗੇ ਇਹ ਦਿਨ ਨਾ ਦੇਖਣੇ ਪੈਂਦੇ। ਸਰਕਾਰ ਖਤਮ ਹੋਣ ਵਾਲੀ ਵੀ ਹੋ ਗਈ, 5 ਸਾਲ ਲੰਘ ਗਏ, ਹੁਣ ਅਗਲੀ ਵਾਰ ਮੁੱਦਾ ਫਿਰ ਉਹੀ ਬਣ ਗਿਆ ਵੀ ਅਗਲੀ ਵਾਰ ਸਾਨੂੰ ਮੌਕਾ ਦਿਓ ਅਸੀਂ ਫੋੜਾ ਫੜਾਂਗੇ। ਬਈ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰਾ ਸਾਹਿਬ ਬਣੇ ਹੋਏ, ਇੱਕ ਇੱਕ ਪਿੰਡ ਵਿੱਚ ਧੜੇ ਬਣ ਗਏ ਪਿੰਡਾਂ 'ਚ। ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਹਰੀਜਨਾਂ ਦਾ ਗੁਰਦੁਆਰਾ ਹੈ, ਇਹ ਛਿੰਬਿਆਂ ਦਾ ਗੁਰਦੁਆਰਾ ਸਾਹਿਬ, ਇੱਦਾਂ ਗੁਰਦੁਆਰਾ ਸਾਹਿਬ 4 ਪਿੰਡ 1 ਉੱਥੇ ਮੱਥਾ ਟੇਕਣ ਵਾਲੇ 10 ਜਣੇ, ਉਹ ਵੀ ਧੱਕੇ ਨਾਲ ਬੁਲਾਉਣੇ ਪੈਂਦੇ ਬਈ ਭਾਈ ਸਾਡੇ ਘਰ ਮਰਗਤ ਹੋ ਗਈ ਹੈ ਜਾਂ ਸਾਡੇ ਵਿਆਹ ਆਏ ਸਾਨੂੰ ਭਾਂਡੇ ਦਿਓ ਜੀ, ਉਹ ਕਹਿੰਦੇ ਭੱਜ ਅਸੀਂ ਨਹੀਂ ਦਿੰਦੇ, ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ। ਉਹ ਫਿਰ ਉੱਥੇ ਤੋਂ ਦੂਜਾ ਗੁਰਦੁਆਰਾ ਬਣਿਆ, ਦੂਜੇ ਤੋਂ ਤੀਜਾ ਬਣਿਆ, ਆਪਸੀ ਪੁੱਟ ਦਾ ਸ਼ਿਕਾਰ ਹੋ ਕੇ 4-4, 5-5 ਗੁਰਦੁਆਰਾ ਸਾਹਿਬ। ਅਸੀਂ ਕਹੋਗੇ ਬੇਅਦਬੀਆਂ ਤਾਂ ਘੱਟ ਸਕਦੀਆਂ, ਸਭ ਤੋਂ ਪਹਿਲਾਂ ਵੀ ਅਸੀਂ ਪਿੰਡਾਂ ਦੇ ਵਿੱਚ ਜੇ 4-4 ਗੁਰੂ ਘਰ ਆ ਉਹਨੂੰ ਇੱਕ ਕਰੀਏ, ਭਾਵੇਂ ਉਹ ਸਰਕਾਰ ਉਹ ਜਿੰਨਾ ਮਰਜ਼ੀ ਸਤਿਕਾਰ ਕਰਦਾ ਹੋਵੇ ਗੁਰੂ ਮਹਾਰਾਜ ਦਾ, ਪਰ ਗੱਲ ਇਹ ਆ ਵੀ ਜ਼ਿੰਮੇਵਾਰ ਤਾਂ ਅਸੀਂ ਲੋਕ ਹਾਂ, ਅਸੀਂ ਲੋਕਾਂ ਨੇ ਕਿਸੇ ਚੀਜ਼ ਨੂੰ ਜ਼ਿਆਦਾ ਵਧਾ ਦਿੱਤਾ ਉਹਦਾ ਮੁੱਲ ਘੱਟ ਜਾਂਦਾ। 4 ਪਿੰਡਾਂ 'ਚ ਅਖੰਡ ਪਾਠ ਸਾਹਿਬ ਆਪਾਂ ਲੋਕ ਪਾਠ ਸੁਣਨ ਜਾਇਆ ਕਰਦੇ ਸੀ ਵੀ ਚਲੋ ਫਲਾਣੇ ਦੇ ਪਾਠ ਆਪਾਂ ਵੀ ਸੁਣ ਕੇ ਆਈਏ, ਹੁਣ ਪਿੰਡ ਪਿੰਡ ਪਾਠ ਹੁੰਦਾ ਕੋਈ ਸੁਣਨ ਨਹੀਂ ਆਉਂਦਾ। ਦਰਬਾਰ ਸਾਹਿਬ ਉੱਥੇ ਕਿੰਨੀ ਟੈਕਸ ਫੋਰਸ ਲੱਗੀ ਹੋਈ ਆ, ਕਿੰਨੇ ਉੱਥੇ ਪਹਿਰੇ ਵਾਲੇ ਖੜੇ ਆ, ਕਿੰਨੀ ਉੱਥੇ ਸੰਗਤ ਆ, ਹਰ ਟਾਈਮ ਲੈਬ ਚੱਲਦਾ, ਕਿੰਨੇ ਕੈਮਰਿਆਂ ਦੇ ਵਿੱਚ ਦਰਬਾਰ ਸਾਹਿਬ ਹਰ ਟਾਈਮ ਕਵਰ ਰਹਿੰਦਾ ਹੈ। ਜੇ ਦਰਬਾਰ ਸਾਹਿਬ 'ਚ ਬੇਅਦਬੀ ਹੋ ਸਕਦੀ ਆ ਤਾਂ ਪਿੱਛੇ ਤਾਂ ਗੁਰੂ ਘਰ ਕੋਈ ਸੇਫ ਆਈ ਹੋਈ ਨਹੀਂ ਕੋਈ। ਆਹ ਹੁਣ ਟਾਈਮ ਆ ਜੀ ਰਾਜਨੀਤੀ ਹੋ ਜਾਣੀਆਂ, ਸਾਰਿਆਂ ਨੇ ਕਰ ਜਾਣੀਆਂ ਸਾਡੇ ਪਰ, ਸਾਨੂੰ ਆਪਸੀ ਉਹ ਲੜਾ ਲੜਾ ਕੇ ਮਾਰ ਦੇਣਾ ਇਹਨਾਂ ਨੇ, ਠੀਕ ਹੈ ਨਾ ਗੱਲ ਜੀ, ਸਾਡੇ ਆਪਸੀ ਭਾਈਚਾਰੇ 'ਚ ਕੁੱਟ ਪਾਈ ਜਾ ਰਹੀ, ਹੋਰ ਤਾਂ ਕੁਛ ਨਹੀਂ। ਗੁਰੂ ਗ੍ਰੰਥ ਸਾਹਿਬ ਦੀਆਂ ਲਾਵਾਂ ਲੈ ਲੈਣੀਆਂ, 2 ਮਹੀਨੇ ਬਾਅਦ ਤਲਾਕ ਦਾ ਕੇਸ ਚੱਲ ਪੈਣਾ, ਕਿਹਾ ਬੇਅਦਬੀ ਨੇ ਗੀ, ਆਨੰਦ ਲੈਣ ਜਾਣਾ ਸ਼ਰਾਬ ਪੀ ਕੇ ਜਾਣਾ, ਕਿਹਾ ਬੇਅਦਬੀ ਨੇ ਗੀ, ਏਦਾਂ ਦਾ ਕੰਮ ਸਾਰਾ ਦਿਨ ਸਵੇਰੇ ਸ਼ਾਮ ਮੱਥਾ ਟੇਕਣਾ ਤੇ ਸਾਰਾ ਦਿਨ ਝੂਠ ਦਾ ਬਣਜ ਕਰਨਾ, ਕਿਤੇ ਬੇਅਦਬੀ ਨੇ ਗੀ। ਸਾਰੀ ਗੱਲਾਂ 'ਚ ਭਾਗੀਦਾਰ ਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਦੇਗ ਵਰਤ ਲੈਂਦੀ ਆ, ਸਾਰੇ ਉੱਠ ਕੇ ਨਿਕਲ ਜਾਂਦੇ ਆ, ਪਿੱਛੇ ਭਾਈ ਜੀ ਰਹਿ ਜਾਂਦਾ, ਗ੍ਰੰਥ ਸਾਹਿਬ ਜੀ ਰਹਿ ਜਾਂਦਾ, ਕਿਹਾ ਸੀ ਬੇਅਦਬੀ ਨੇ ਗੀ। ਇਹਦਾ ਫਿੰਗਰ ਪ੍ਰਿੰਟ ਕੋਈ ਨਹੀਂ ਹੈਗਾ, ਆਧਾਰ ਕਾਰਡ ਇਹਦਾ ਕੋਈ ਨਿਕਲਿਆ, ਕਿਹੜੇ ਹੋਟਲ 'ਚ ਠਹਿਰਿਆ ਉੱਥੇ ਵੀ ਇਹ ਨਿਕਲਿਆ, ਕਿਹਾ ਯਾਰ ਇਹ ਲੋਕ ਬੰਬ ਬੰਨ ਕੇ ਫਿਰ ਸਕਦੇ ਆ। ਹਰ ਕੰਟਰੀ ਵਿੱਚ ਹਰ ਬੰਦੇ ਦੀ ਸ਼ਨਾਖਤ ਹੁੰਦੀ ਆ, ਇੱਥੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ, ਮੈਂ ਗਗਨ ਸ਼ੁਕਲਾ ਜੀ। ਹਾਂ, ਬੇਹੱਦ ਸੰਜੀਦਾ ਮੁੱਦੇ ਤੇ ਗੱਲਬਾਤ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸੁਖਵੀਰ ਸਿੰਘ ਕੰਦੋਲਿਆਂ ਵਾਲੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰਕਾਰਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ, ਤਮਾਮ ਚੀਜ਼ਾਂ ਨੂੰ ਅਸੀਂ ਕਟਗਰੇ 'ਚ ਖੜਾ ਕਰਦੇ ਹਾਂ, ਪਰ ਆਮ ਪੰਜਾਬੀ ਦੀ, ਆਮ ਹਰ ਇਨਸਾਨ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕੀ ਡਿਊਟੀ ਬਣਦੀ ਹੈ, ਸਾਡੀ ਕੀ ਡਿਊਟੀ ਹੈ, ਕਿ ਅਸੀਂ ਕਿਵੇਂ ਆਪਣੇ ਪੱਧਰ 'ਤੇ ਬੇਅਦਬੀਆਂ ਨੂੰ ਕਿਵੇਂ ਰੋਕ ਸਕਦੇ ਹਾਂ, ਗੱਲਬਾਤ ਕਰਾਂਗੇ। ਭਾਈ ਸਾਹਿਬ ਬਹੁਤ ਸਵਾਗਤ ਹੈ ਜੀ। ਸਾਰੀ ਸੰਗਤ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਈ ਸਾਲਾਂ ਤੋਂ ਪਿੰਡਾਂ 'ਚੋਂ ਜਿਹੜੀਆਂ ਬੇਅਦਬੀਆਂ ਸ਼ੁਰੂ ਹੋਈਆਂ ਸੀਗੀਆਂ, ਗੁਟਕਾ ਸਾਹਿਬ ਦੀ ਹੋ ਗਈ, ਪਾਵਨ ਸਰੂਪਾਂ ਦੀ ਹੋ ਗਈ, ਪਿੰਡਾਂ 'ਚੋਂ ਇਹ ਬੇਅਦਬੀਆਂ ਸ਼ੁਰੂ ਹੋ ਕੇ ਅੱਜ ਦਰਬਾਰ ਸਾਹਿਬ ਤੱਕ ਪਹੁੰਚ ਗਈਆਂ। ਆਪਾਂ ਰਾਜਨੀਤਿਕ ਪਾਰਟੀਆਂ ਨੂੰ ਕਟਗਰੇ 'ਚ ਖੜਾ ਕਰਦੇ ਹਾਂ, ਸਰਕਾਰਾਂ ਨੂੰ ਕਟਗਰੇ 'ਚ ਖੜਾ ਕਰਦੇ ਹਾਂ, ਸਾਡੇ ਫਰਜ਼ ਕੀ ਨੇ, ਇੱਕ ਇਨਸਾਨ ਦਾ ਫਰਜ਼ ਕੀ ਬਣਦਾ, ਕਿ ਗੁਰੂ ਸਾਹਿਬ ਪ੍ਰਤੀ ਸਾਡੇ ਫਰਜ਼ ਕੀ ਨੇ? ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਧਰਮ ਗ੍ਰੰਥ ਨੇ, ਭਾਵੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਰਮਾਇਣ ਹੈ, ਮਹਾਭਾਰਤ ਹੈ, ਅੰਜੀਲ ਹੈ, ਕੁਰਾਨ ਹੈ, ਕੁਛ ਵੀ ਕਹਿ ਲਓ, ਸਾਰੇ ਹੀ ਇਹ ਧਰਮ ਗ੍ਰੰਥ ਪੂਜਣ ਯੋਗ ਆ, ਸਤਿਕਾਰ ਯੋਗ ਆ। ਇਹਨਾਂ ਦੀ ਜਿਹੜੀ ਮਾਣ ਮਰਿਆਦਾ ਹੈ ਉਹ ਸਾਨੂੰ ਹਰ ਇੱਕ ਨੂੰ ਬਹਾਲ ਰੱਖਣ ਦਾ ਸਾਡਾ ਫਰਜ਼ ਬਣਦਾ ਹੈ। ਪਰ ਦੂਜੀ ਗੱਲ, ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਖਾਸ ਕਰਕੇ ਜ਼ਿਆਦਾਤਰ ਮਾਤਰਾ ਪੰਜਾਬ ਵਿੱਚ ਹੈ, ਜ਼ਿਆਦਾ ਮਾਤਰਾ, ਰਾਜਸਥਾਨ 'ਚ ਨਹੀਂ ਸੁਣੀ ਕਦੇ, ਯੂਪੀ 'ਚ ਨਹੀਂ ਸੁਣੀ, ਹਰਿਆਣੇ 'ਚ ਨਹੀਂ ਸੁਣਦੀ, ਬਹੁਤ ਘੱਟ ਮਾਤਰਾ ਹੋਰ ਸਟੇਟਾਂ ਦੀ ਆ। ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਬੇਅਦਬੀਆਂ ਦੀ ਆ। ਪਿਛਲੇ ਸਮੇਂ ਤੋਂ ਬੇਅਦਬੀਆਂ ਹੋਈਆਂ, 20 ਸਾਲ ਤੋਂ ਹੁੰਦੀਆਂ ਆਉਣੀਆਂ। ਆਪ ਜੀ ਜਾਣਦੇ ਹੋ, ਸਭ ਤੋਂ ਜਿਹੜੀ ਪਹਿਲੀ ਬੇਅਦਬੀ ਹੋਈ ਇਲਾਕੇ 'ਚ
ਉਹ ਆਪਣੇ ਕਲਹਿੜੀ ਰਤਨਗੜ੍ਹ ਪਿੰਡ ਹੋਈ ਸੀਗੀ, ਆਪ ਜੀ ਜਾਣਦੇ ਹੋ ਬਿਲਕੁਲ। ਉਹਨੂੰ ਵੀ ਉਦੋਂ ਤਾਂ ਮੈਂ ਛੋਟਾ ਜਿਹਾ ਸੀਗਾ, 25-30 ਸਾਲ ਹੋ ਗਏ ਉਹਨੂੰ, ਜਦੋਂ ਕਿ ਉਸ ਉਹਦੇ ਵਿੱਚ ਲਪੇਟਿਆ ਸੀਗਾ ਬਾਬਾ ਭਨਿਆਰ ਵਾਲੇ ਨੂੰ, ਸ਼ਾਇਦ ਸੰਗਤ ਨੂੰ ਯਾਦ। ਜੇ ਉਸ ਟਾਈਮ ਹੀ ਬੇਅਦਬੀ ਕਰਨ ਵਾਲੇ ਨੂੰ ਕਿਤੇ ਨੱਪਿਆ ਹੁੰਦਾ ਚੰਗੀ ਤਰ੍ਹਾਂ, ਸ਼ਾਇਦ ਅੱਗੇ ਦਿਨ ਨਾ ਦੇਖਣੇ ਪੈਂਦੇ। ਜਿਹੜਾ ਖਾਲਸਾ ਅੱਜ ਫੈਸਲਾ ਲੈਂਦਾ, ਸੰਗਤ ਫੈਸਲਾ ਲੈਂਦੀ ਹੈ, ਕਿਉਂਕਿ ਪ੍ਰਸ਼ਾਸਨ ਸਰਕਾਰਾਂ ਹੱਥ ਖੜੇ ਕਰ ਗਈਆਂ। ਹਰੇਕ ਵਾਰ ਰਾਜਨੀਤੀ ਹੁੰਦੀ ਆ ਵੀ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਂਗੇ, 5 ਸਾਲ ਲੰਘੇ ਕੁਛ ਵੀ ਨਹੀਂ ਹੋਇਆ, ਫਿਰ ਇਹੀ ਮੁੱਦੇ ਤੇ ਵੀ ਅਸੀਂ ਬੇਅਦਬੀ ਦੋਸ਼ੀਆਂ ਨੂੰ ਫੜਾਂਗੇ। ਸਰਕਾਰ ਖਤਮ ਹੋਣ ਵਾਲੀ ਵੀ ਹੋ ਗਈ, 5 ਸਾਲ ਲੰਘੇ, ਹੁਣ ਅਗਲੀ ਵਾਰ ਮੁੱਦਾ ਫਿਰ ਉਹੀ ਬਣ ਗਿਆ ਵੀ ਅਗਲੀ ਵਾਰ ਸਾਨੂੰ ਮੌਕਾ ਦਿਓ ਅਸੀਂ ਫੜਾਂਗੇ। ਹਾਂਜੀ, ਜੇ ਇਹ ਕਹਿ ਲਓ ਵੀ ਇਹ ਸਾਡੀ ਇੰਟੈਲੀਜੈਂਸੀ, ਜੇ ਇੱਕ ਦਿਨ ਦੇ ਵਿੱਚ ਇਹ ਅਮਰੀਕਾ ਬੈਠੇ ਬੰਦੇ ਨੂੰ ਫੜ ਸਕਦੇ ਆ, ਫਿਰ ਇਹ ਬੰਦੇ ਕਿਉਂ ਨਹੀਂ ਫੜਨ ਦੇ? ਪਹਿਲੀ ਤਾਂ ਗੱਲ ਇਹ ਆ, ਤੇ ਦੂਜੀ ਗੱਲ ਬੇਅਦਬੀ ਦਾ ਕਾਰਨ ਅਸੀਂ ਲੋਕ ਵੀ ਬਣਦੇ ਹਾਂ, ਜਿਹੜਾ ਸਭ ਤੋਂ ਬੜੀ ਗੱਲ ਆ। ਅੱਜ ਤੁਸੀਂ ਦੇਖਦੇ ਆ ਬਈ ਇੱਕ ਇੱਕ ਪਿੰਡ ਦੇ ਵਿੱਚ 4-4, 5-5 ਗੁਰਦੁਆਰਾ ਸਾਹਿਬ ਬਣੇ ਹੋਏ ਆ, ਇੱਕ ਇੱਕ ਪਿੰਡ ਵਿੱਚ ਧੜੇ ਬਣ ਗਏ ਪਿੰਡਾਂ 'ਚ। ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਹਰੀਜਨਾਂ ਦਾ ਗੁਰਦੁਆਰਾ ਹੈ, ਇਹ ਛਿੰਬਿਆਂ ਦਾ ਗੁਰਦੁਆਰਾ ਸਾਹਿਬ, ਇੱਦਾਂ। ਜਦਕਿ ਗੁਰਦੁਆਰਾ ਸਾਹਿਬ 4, ਪਿੰਡ 1, ਉੱਥੇ ਮੱਥਾ ਟੇਕਣ ਵਾਲੇ 10 ਜਣੇ, ਉਹ ਵੀ ਧੱਕੇ ਨਾਲ ਬੁਲਾਉਣੇ ਪੈਂਦੇ ਆ। ਹਾਂਜੀ, ਸਭ ਤੋਂ ਪਹਿਲੀ ਗੱਲ ਇਹ ਆ ਵੀਰ ਜੀ, ਆਪਾਂ ਨੂੰ ਸੋਚਣਾ ਪਊਗਾ, ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਬਣੇ, ਉਹ ਜਿੱਥੇ ਵੀ ਬਣੇ ਜ਼ਿਆਦਾਤਰ ਤੁਸੀਂ ਸਰਵਾ ਕਰਿਓ, ਉਹ ਉੱਚੀਆਂ ਜਾਤਾਂ ਵਾਲੇ ਲੋਕਾਂ ਨੇ ਸਾਂਭ ਲਏ। ਮੈਂ ਕਿਸੇ ਜਾਤ ਦਾ ਨਾਂ ਨਹੀਂ ਲਊਂਗਾ, ਉਹ ਸਭ ਉੱਚੀ ਜਾਤ ਦੇ ਲੋਕਾਂ ਨੇ ਉਹਨਾਂ ਗੁਰਦੁਆਰਿਆਂ ਉੱਪਰ ਕਬਜ਼ਾ ਕਰ ਲਿਆ। ਜਦੋਂ ਕਬਜ਼ਾ ਕਰ ਲਿਆ, ਫਿਰ ਉਸ ਤੋਂ ਬਾਅਦ ਜਦੋਂ ਕੋਈ ਹੋਰ ਬੰਦਾ ਗਿਆ, ਬਈ ਭਾਈ ਸਾਡੇ ਘਰ ਮਰਗਤ ਹੋ ਗਈ ਹੈ ਜਾਂ ਸਾਡੇ ਵਿਆਹ ਆਏ, ਸਾਨੂੰ ਭਾਂਡੇ ਦਿਓ ਜੀ, ਉਹ ਕਹਿੰਦੇ ਭੱਜ ਅਸੀਂ ਨਹੀਂ ਤੰਦਣੇ, ਅਸੀਂ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ। ਉਹ ਫਿਰ ਉੱਥੇ ਤੋਂ ਦੂਜਾ ਗੁਰਦੁਆਰਾ ਬਣਿਆ, ਦੂਜੇ ਤੋਂ ਤੀਜਾ ਬਣਿਆ, ਆਪਸੀ ਫੁੱਟ ਦਾ ਸ਼ਿਕਾਰ ਹੋ ਕੇ 4-4, 5-5 ਗੁਰਦੁਆਰਾ ਸਾਹਿਬ ਬਣ ਗਏ। ਅਸੀਂ ਕਹੋਗੇ ਬੇਅਦਬੀਆਂ ਤਾਂ ਘੱਟ ਸਕਦੀਆਂ, ਸਭ ਤੋਂ ਪਹਿਲਾਂ ਵੀ ਅਸੀਂ ਪਿੰਡਾਂ ਦੇ ਵਿੱਚ ਜੇ 4-4 ਗੁਰੂ ਘਰ ਆ, ਉਹਨੂੰ ਇੱਕ ਕਰੀਏ, ਔਰ ਉੱਥੇ ਹਰ ਚੀਜ਼ ਦੀ ਜਿਹੜੀ ਘਾਟ ਉਹ ਪੂਰੀ ਹੋਣੀ ਚਾਹੀਦੀ। ਉੱਥੇ ਸਪੋਜ਼ ਕਰੋ ਮੇਰੇ ਪਿੰਡ ਵਿੱਚ 2 ਗੁਰੂ ਘਰ ਬਣੇ, ਕਿਉਂਕਿ ਇਹ ਵੀ ਤਾਂ ਬਣੇ, ਜੇ ਪਹਿਲਾਂ ਮੈਨੂੰ ਕਿਸੇ ਨੇ ਧੱਕਾ ਮਾਰਿਆ ਉਹ ਤਾਂ ਬਣਿਆ। ਹਾਂਜੀ, ਅਸੀਂ ਕਹਿੰਦੇ ਚਲੋ ਮੈਂ ਆਪਣੇ ਤੋਂ ਸ਼ੁਰੂਆਤ ਕਰਦਾ, ਮੇਰੇ ਪਿੰਡ 2 ਗੁਰੂ ਘਰ ਆ। ਹਾਂਜੀ, ਇੱਕ ਸ਼੍ਰੀ ਗੁਰੂ ਹਰਾ ਸਾਹਿਬ ਦੇਸੀ ਦਵਾਖਾਨਾ, ਉੱਥੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ। ਦੂਜਾ ਗੁਰੂ ਘਰ ਪਿੰਡ ਤੋਂ, ਠੀਕ ਹੈ ਜੀ। ਅਸੀਂ ਚਾਹੁੰਦੇ ਹਾਂ ਵੀ ਠੀਕ ਆ, ਪਹਿਲ ਆਪਾਂ ਕਰਦੇ ਹਾਂ, ਜਾਂ ਤਾਂ ਪਿੰਡ ਵਾਲਾ ਗੁਰੂ ਘਰ ਸਾਡੇ ਵਾਲੇ ਪਾਸੇ ਲੈ ਜਾਓ, ਜਾਂ ਸਾਡੇ ਵਾਲੇ ਇੱਧਰ ਲਿਆਓ, ਕਰ ਲਓ ਇੱਕ, ਕਰ ਲਓ, ਕਰਨਾ ਤਾਂ ਪਊਗਾ ਨਾ, ਪਹਿਲ ਤਾਂ ਇੱਕ ਨੂੰ ਕਰਨੀ ਪਊਗੀ। ਇਹਦੇ ਵਿੱਚ 2 ਬੰਦੇ ਸਵੇਰੇ ਦਿਨ 'ਚ ਡਿਊਟੀ ਦੇਣ, 2 ਬੰਦੇ ਰਾਤ ਦੀ ਵੀ ਡਿਊਟੀ ਦੇਣ, ਕੌਣ ਆ ਕੇ ਬੇਅਦਬੀ ਕਰੂਗਾ? ਅਸੀਂ ਤਾਂ ਕੈਮਰੇ ਦੀ ਇੱਕ ਦੇਖ ਰਹੇ ਵਿੱਚ ਛੱਡ ਕੇ ਸਭ ਕੁਝ ਹੋ ਗਏ। ਕਿਆ ਜਿਹੜਾ ਬੰਦਾ ਕੰਮ ਕਰਨੇ ਹੋਊਗਾ ਉਹ ਪਿੰਡ ਦੀ ਪਹਿਲਾਂ ਲੈਟ ਨਹੀਂ ਕੱਟ ਕਰ ਸਕਦਾ, ਬਹੁਤ ਕੁਝ ਕਰਕੇ ਆ ਸਕਦਾ, ਕੈਮਰਾ ਤੋੜ ਸਕਦਾ, ਸਭ ਕੁਛ ਹੋ ਸਕਦਾ, ਪਰ ਨਹੀਂ, 2 ਬੰਦੇ ਗੁਰੂ ਘਰ 'ਚ ਦਿਨੇ ਰਹਿਣ, 2 ਰਾਤ ਨੂੰ ਰਹਿਣ, ਕੰਧੋਲੇ ਪਿੰਡ ਦੀ ਜ਼ਿੰਮੇਵਾਰੀ ਆ, ਕੰਧੋਲੇ ਪਿੰਡ ਦੀ ਰਾਖੀ ਕਰ ਸਕਦਾ, ਟੱਪਰੀ ਵਾਲੇ ਟੱਪਰੀ ਦੀ ਰਾਖੀ ਕਰਨ, ਚਮਕੌਰ ਵਾਲੇ ਚਮਕੌਰ ਸਾਹਿਬ ਦੀ ਰਾਖੀ ਕਰਨ। ਹੁਣ ਇੱਕ ਬੰਦਾ ਇੱਕ ਪਿੰਡ ਦੀ ਰਾਖੀ ਕਰ ਸਕਦਾ, ਇਹ ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ। ਗੁਰੂ ਘਰ ਅਸੀਂ 5-5 ਮੰਜ਼ਲੀ ਬਣਾਤੇ, ਇਹਦਾ ਮਤਲਬ ਭਾਈ ਸਾਹਿਬ ਵੀ ਅਸੀਂ ਖੁਦ ਜ਼ਿੰਮੇਵਾਰ ਹੈ ਨਾ ਜੀ, ਅਸੀਂ ਖੁਦ ਜ਼ਿੰਮੇਵਾਰ ਹਾਂ। ਆਪਾਂ ਕਿਸੇ ਸਰਕਾਰ ਨੂੰ ਕੀ ਕਹੋਗੇ? ਦੇਖੋ, ਜਿਹਦੇ ਰਾਜ ਵਿੱਚ ਕੁਛ ਵੀ ਚੰਗਾ ਮਾੜਾ ਹੁੰਦਾ, ਕਿਹਾ ਉਸੇ ਨੂੰ ਜਾਇਆ ਕਰਦਾ। ਮੈਂ ਮੇਰਾ ਕੋਈ ਬੰਦਾ ਕੋਈ ਗਲਤੀ ਕਰੇ, ਕਹਿਣ ਤਾਂ ਅਗਲੇ ਨੇ ਮੈਨੂੰ ਆ ਵੀ ਤੁਹਾਡੇ ਬੰਦੇ ਨੇ ਕੀਤੀ ਆ, ਤੁਸੀਂ ਜ਼ਿੰਮੇਵਾਰ ਆ। ਜਿਹਦੇ ਰਾਜ ਵਿੱਚ ਕੋਈ ਗੱਲ ਹੋਊਗੀ, ਠੋਸਿਆ ਤਾਂ ਉਸੇ ਪਰ ਹੀ ਜਾਣਾ, ਭਾਵੇਂ ਉਹ ਸਰਕਾਰ ਉਹ ਜਿੰਨਾ ਮਰਜ਼ੀ ਸਤਿਕਾਰ ਕਰਦਾ ਹੋਵੇ ਗੁਰੂ ਮਹਾਰਾਜ ਦਾ, ਪਰ ਗੱਲ ਇਹ ਆ ਵੀ ਜ਼ਿੰਮੇਵਾਰ ਤਾਂ ਅਸੀਂ ਲੋਕ ਹਾਂ। ਅਸੀਂ ਲੋਕਾਂ ਨੇ ਕਿਸੇ ਚੀਜ਼ ਨੂੰ ਜ਼ਿਆਦਾ ਵਧਾ ਤਾ, ਉਹਦਾ ਮੁੱਲ ਘੱਟ ਜਾਂਦਾ, ਕੁਦਰਤੀ ਗੱਲ ਆ ਜੀ। ਜਿਹੜਾ ਲੋਹਾ ਹੈ ਉਹ ਟੰਨਾਂ 'ਚ ਵਿਕਦਾ, ਸੋਨਾ ਤੋਲਿਆਂ 'ਚ ਵਿਕਦਾ, ਜਿਹੜੀ ਚੀਜ਼ ਘੱਟ ਹੋਵੇ ਉਹ ਕੀਮਤੀ ਹੋਊਗੀ, ਕੁਦਰਤੀ ਗੱਲ ਆ। ਅੱਗੇ ਖੰਡ ਪਾਠ ਸਾਹਿਬ ਹੁੰਦੇ ਤੇ, 4 ਪਿੰਡਾਂ 'ਚ ਖੰਡ ਪਾਠ ਸਾਹਿਬ ਹੋਣਾ, ਆਪਾਂ ਲੋਕ ਪਾਠ ਸੁਣਨ ਜਾਇਆ ਕਰਦੇ ਤੇ ਵੀ ਚਲੋ ਫਲਾਣੇ ਦੇ ਪਾਠ ਆਪਾਂ ਵੀ ਸੁਣ ਕੇ ਆਈਏ। ਹੁਣ ਪਿੰਡ ਪਿੰਡ ਪਾਠ ਹੁੰਦਾ, ਕੋਈ ਸੁਣਨੇ ਨਹੀਂ ਆਉਂਦਾ, ਵੱਧ ਗਏ ਨਾ, ਜ਼ਿਆਦਾ ਵੱਧ ਗਿਆ ਕੰਮ, ਤਾਂ ਉੱਥੇ ਉਹ ਚੀਜ਼ ਦੀ ਬੇਅਦਬੀ ਹੋਣੀ ਸ਼ੁਰੂ ਹੋ ਗਈ। ਅਸੀਂ ਜ਼ਿਆਦਾ ਖੁਦ ਆਪ ਲੋਕ ਦੋਸ਼ੀ ਹਾਂ। ਕਦੇ ਵੀ ਜਿਹੜਾ ਸਿਆਣਾ ਬੰਦਾ ਹੁੰਦਾ, ਸਰਕਾਰ ਕੋਈ ਵੀ ਚਲਾਉਂਦਾ ਹੈ, ਚਲਾ ਤਾਂ ਆਪਣੇ ਪੰਜਾਬੀ ਭਰਾ ਹੀ ਰਹੇ ਹਾਂ, ਕਿਹੜਾ ਪੰਜਾਬੀ ਭਰਾ ਜਿਹੜਾ ਖੁਦ ਕਹੂਗਾ ਤੁਸੀਂ ਬੇਅਦਬੀ ਕਰੋ? ਨਹੀਂ ਹੁੰਦਾ, ਕਰਨ ਵਾਲਾ ਤਾਂ ਕੋਈ ਹੋਰ ਹੀ ਹੁੰਦਾ ਪਿੱਛੇ ਕੋਈ। ਤੁਸੀਂ ਕਿਹਾ ਪੰਜਾਬ ਦੇ ਵਿੱਚ ਹੋਰ ਸਟੇਟਾਂ 'ਚ ਬੇਅਦਬੀਆਂ ਨਹੀਂ ਹੁੰਦੀਆਂ, ਹੋਰ ਨਾਲ ਸੂਬੇ ਹੈਗੇ ਨੇ, ਪੰਜਾਬ 'ਚ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ? ਬੜਾ ਸੌਫਟ ਟਾਰਗੇਟ ਆ ਪੰਜਾਬ ਸਰ। ਇੱਕ ਚੀਜ਼ ਲਾਓ, ਜਿਹੜੀ ਤੁਸੀਂ ਇਹ ਗੱਲ ਉੱਤਾਂ ਮੰਨਦੇ ਆ ਵੀ ਜਿਹੜਾ ਇੱਕ ਪੰਜਾਬ ਆ ਇਹ ਗੁਲਦਸਤਾ ਹੈ, ਪੂਰੇ ਵਰਲਡ ਵਿੱਚੋਂ ਇੱਕ ਪੰਜਾਬ ਨੂੰ ਬਾਹਰ ਕੱਢ ਦਿਓ, ਪਿੱਛੇ ਕੁਛ ਵੀ ਨਹੀਂ ਹੈਗਾ।
ਪਿੱਛੇ ਕੁਛ ਵੀ ਨਹੀਂ ਹੈਗਾ। ਜਿਹੜਾ ਇੱਕ ਜਦੋਂ ਕਿਸੇ ਦੇਸ਼ ਨੂੰ ਅਸੀਂ ਵਿਗਾੜਨਾ ਹੈ ਤਾਂ ਆਪ ਜੀ ਜਾਣਦੇ ਹੋ ਵੀ ਉੱਥੇ ਫਿਰ ਸਿੱਖ ਰੈਜੀਮੈਂਟ ਅੱਗੇ ਜਾਂਦੀ ਹੈ। ਹਾਂਜੀ, ਪੂਰੀ ਫੌਜ ਵਿੱਚੋਂ ਸਿੱਖ ਰੈਜੀਮੈਂਟ ਨੂੰ ਪਿੱਛੇ ਕੱਢ ਦਿਓ, ਕੁਛ ਪਿੱਛੇ ਕੁਛ ਵੀ ਨਹੀਂ ਹੈਗਾ। ਪੂਰੇ ਵਰਲਡ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਦਿਓ, ਪਿੱਛੇ ਕੁਛ ਵੀ ਨਹੀਂ ਹੈਗਾ। ਜਿਹੜਾ ਪੰਜਾਬ ਆ, ਪੰਜਾਬ ਇੱਕ ਦੇ ਨਹੀਂ, ਪੰਜਾਬ ਪੂਰੇ ਵਰਲਡ ਦੀ ਨਜ਼ਰ 'ਚ ਹੀ ਆ। ਹਾਂਜੀ, ਇਸ ਕਰਕੇ ਜਿਹੜਾ ਪੰਜਾਬ ਆ, ਕਿਉਂਕਿ ਪੰਜਾਬੀਆਂ ਦੇ ਵਿੱਚ ਸੰਜਮ ਬਹੁਤ ਆ, ਪੰਜਾਬੀਆਂ ਦੇ ਵਿੱਚ ਆਪਸੀ ਭਾਈਚਾਰਾ ਵੀ ਹੈਗਾ। ਸਿਰਫ ਇਹਨਾਂ 'ਚ ਫੁੱਟ ਪਾਉਣ ਵਾਸਤੇ ਇਹੋ ਜਿਹਾ ਕੁਛ ਜਿਹੜੇ ਗਤੀਆਂ ਵਿਧੀਆਂ ਗਲਤ ਚਲਾਉਂਦੇ ਆ, ਉਹ ਲੋਕ ਇਹੋ ਜਿਹੇ ਕੰਮ ਕਰਦੇ ਰਹਿੰਦੇ ਆ। ਪਰ ਸਾਨੂੰ ਜਾਗਰੂਕ ਹੋਣਾ ਪੈਣਾ, ਅਸੀਂ ਆਪਣੇ ਗੁਰੂ ਘਰਾਂ ਦੀ ਆਪ ਰਾਖੀ ਕਰੀਏ। ਦਰਬਾਰ ਸਾਹਿਬ ਬੇਅਦਬੀ, ਤੁਸੀਂ ਦੇਖਿਆ, ਮੰਨ ਸਕਦੇ ਹੋ, ਕਦੇ ਸੋਚਿਆ ਤੁਸੀਂ ਕਿ ਦਰਬਾਰ ਸਾਹਿਬ 'ਚ ਵੀ ਬੇਅਦਬੀ ਹੋ ਸਕਦੀ? ਮੈਂ ਅਕਸਰ ਕਹਿੰਦਾ ਬਈ, ਜੇ ਦਰਬਾਰ ਸਾਹਿਬ ਸੇਫ ਨਹੀਂ ਹੈਗਾ, ਦਰਬਾਰ ਸਾਹਿਬ ਉੱਥੇ ਕਿੰਨੀ ਟੈਕਸ ਫੋਰਸ ਲੱਗੀ ਹੋਈ ਆ, ਕਿੰਨੇ ਉੱਥੇ ਪਹਿਰੇ ਵਾਲੇ ਖੜੇ ਆ, ਕਿੰਨੀ ਉੱਥੇ ਸੰਗਤ ਆ, ਹਰ ਟਾਈਮ ਲੈਬ ਚੱਲਦਾ, ਕਿੰਨੇ ਕੈਮਰਿਆਂ ਦੇ ਵਿੱਚ ਦਰਬਾਰ ਸਾਹਿਬ ਹਰ ਟਾਈਮ ਕਵਰ ਰਹਿੰਦਾ ਹੈ। ਜੇ ਦਰਬਾਰ ਸਾਹਿਬ 'ਚ ਬੇਅਦਬੀ ਹੋ ਸਕਦੀ ਆ, ਤਾਂ ਪਿੱਛੇ ਤਾਂ ਗੁਰੂ ਘਰ ਕੋਈ ਸੇਫ ਆਈ ਹੋਈ ਨਹੀਂ। ਕੋਈ ਇਹ ਨਾ ਆਪਾਂ ਕਹੀਏ ਗੁਰੂ ਘਰ ਸੇਫ ਨਹੀਂ, ਮੰਦਰ ਵੀ ਕੋਈ ਸੇਫ ਨਹੀਂ, ਬਿਲਕੁਲ ਮਸੀਤ ਵੀ ਕੋਈ ਸੇਫ ਨਹੀਂ, ਕੋਈ ਧਾਰਮਿਕ ਸਥਾਨ ਸੇਫ ਨਹੀਂ ਹੈਗਾ। ਜੇ ਦਰਬਾਰ ਸਾਹਿਬ ਦੀ ਬੇਅਦਬੀ ਹੋ ਸਕਦੀ ਆ, ਪਿੱਛੇ ਕਿਤੇ ਵੀ ਹੋ ਸਕਦੀ ਆ, ਇਹ ਤਾਂ ਗੱਲ ਆਪਾਂ ਨੂੰ ਕਹਿਣੀ ਪਊਗੀ। ਲੱਗਦਾ ਸਾਡਾ ਭਾਈਚਾਰਾ ਖਰਾਬ ਕਰਿਆ ਜਾ ਰਿਹਾ, ਅੱਗ ਅੱਗ ਪਰ ਸੁੱਟਿਆ ਜਾ ਰਿਹਾ ਪੰਜਾਬ ਨੂੰ। ਸਾਨੂੰ ਸਾਡੇ ਭਾਈਚਾਰੇ ਨੂੰ ਆਪਸੀ ਲੜਾਉਣਾ ਇਹਨਾਂ ਲੋਕਾਂ ਨੇ। ਇਹਦੇ ਵਿੱਚ ਆਹ ਹੁਣ ਟਾਈਮ ਆ ਜੀ, ਰਾਜਨੀਤੀ ਹੋ ਜਾਣੀ ਆ, ਸਾਰੇ ਨੇ ਕਰ ਜਾਣੀ ਆ ਸਾਡੇ ਪਰ, ਸਾਨੂੰ ਆਪਸੀ ਉਹ ਲੜਾ ਲੜਾ ਕੇ ਮਾਰ ਦੇਣਾ ਇਹਨਾਂ ਨੇ। ਠੀਕ ਹੈ ਨਾ ਗੱਲ ਜੀ, ਸਾਡੇ ਆਪਸੀ ਭਾਈਚਾਰੇ 'ਚ ਫੁੱਟ ਪਾਈ ਜਾ ਰਹੀ, ਹੋਰ ਤਾਂ 'ਚ ਕੁਛ ਵੀ ਨਹੀਂ ਹੈਗਾ। ਔਰ ਦੂਜੀ ਗੱਲ ਹੋਰ ਵੀ ਨਾਲ ਆ, ਬੇਅਦਬੀ ਸ਼ਾਇਦ ਅਸੀਂ ਸਾਰੇ ਹੀ ਕਰਦੇ ਹਾਂ। ਕਿਵੇਂ ਕਿਵੇਂ? ਇਹ ਗੱਲ ਮੇਰਾ ਜਿਹੜਾ ਟੌਪਿਕ ਆ ਬਦਲ ਗਿਆ ਥੋੜ੍ਹਾ ਜਿਹਾ। ਗੁਰੂ ਗ੍ਰੰਥ ਸਾਹਿਬ ਦੀਆਂ ਲਾਵਾਂ ਲੈ ਲੈਣੀਆਂ, 2 ਮਹੀਨੇ ਬਾਅਦ ਤਲਾਕ ਦਾ ਕੇਸ ਚੱਲ ਪੈਣਾ, ਕਿਹਾ ਬੇਅਦਬੀ ਨੇ ਗੀ। ਨੰਦ ਲੈਣ ਜਾਣਾ, ਸ਼ਰਾਬ ਪੀ ਕੇ ਜਾਣਾ, ਕਿਹਾ ਬੇਅਦਬੀ ਨੇ ਗੀ। ਹਾਂਜੀ, ਅਤੇ ਇੱਦਾਂ ਦਾ ਕੰਮ ਸਾਰਾ ਦਿਨ, ਸਵੇਰੇ ਸ਼ਾਮ ਮੱਥਾ ਟੇਕਣਾ, ਅਤੇ ਸਾਰਾ ਦਿਨ ਝੂਠ ਦਾ ਬਣਜ ਕਰਨਾ, ਕਿਤੇ ਬੇਅਦਬੀ ਨੇ ਗੀ ਯਾਰ, ਸਾਰੇ ਕਰਦੇ ਹਾਂ ਯਾਰ। ਅਰੇ ਬਹੁਤ ਸੋਚਣ ਵਾਲੀਆਂ ਗੱਲਾਂ ਆ ਬਾਬਾ ਜੀ, ਸੋਚਣ ਵਾਲੀ ਗੱਲਾਂ ਦੇਖੀਆਂ। ਪਰ ਅਸੀਂ ਅਸੀਂ ਲੋਕ ਭਾਗੀਦਾਰ ਤਾਂ ਹੈ ਨਾ, ਸਾਰੀ ਗੱਲਾਂ 'ਚ ਭਾਗੀਦਾਰ ਹਾਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਅਤੇ ਉਹ ਦੇਗ ਵਰਤ ਲੈਂਦੀ ਆ, ਸਾਰੇ ਉੱਠ ਕੇ ਨਿਕਲ ਜਾਂਦੇ ਆ, ਪਿੱਛੇ ਭਾਈ ਜੀ ਰਹਿ ਜਾਂਦਾ, ਗ੍ਰੰਥ ਸਾਹਿਬ ਜੀ ਰਹਿ ਜਾਂਦਾ, ਕਿਆ ਹੀ ਬੇਅਦਬੀ ਨੇ ਗੀ। ਜਦ ਤੁਹਾਡਾ ਗੁਰੂ ਆ, ਤੁਸੀਂ ਪਹਿਲਾਂ ਉਹਨੂੰ ਵਿਦਾ ਕਰੋ, ਤੁਸੀਂ ਫਿਰ ਆਪਣੇ ਸਾਰੇ ਕਾਰਜ ਕਰੋ, ਸਾਰੇ ਕਰਦੇ ਆ ਯਾਰ। ਪਰ ਛੋਟੀਆਂ ਮੋਟੀਆਂ ਭੁੱਲਾਂ ਇਸੇ ਕਰਕੇ ਅਰਦਾਸ ਕਰੀ ਜਾਂਦੀ ਆ, ਮਹਾਰਾਜ ਹੋਈਆਂ ਭੁੱਲਾਂ ਦੀ ਮਾਫੀ ਦਿਓ, ਭੁੱਲਾਂ ਹੋ ਜਾਂਦੀਆਂ। ਪਰ ਸਾਨੂੰ ਜਿਹੜੇ ਇਹ ਕੰਮ ਹੈਗੇ ਆ, ਇਹ ਸਾਨੂੰ ਗ੍ਰੰਥੀ ਸਿੰਘ ਨੂੰ ਕੋਈ ਬੰਦਾ, ਕੋਈ ਗੁਰੂ ਘਰ ਪੂਰੀ ਤਨਖਾਹ ਦੇ ਕੇ ਰਾਜੀ ਨਹੀਂ। ਗੱਲ ਮੰਨਦੇ ਨਾ, ਉਹ ਕਹਿੰਦਾ ਤੁਸੀਂ ਯਾਰ ਮੈਨੂੰ 3100 ਦੇ ਰੱਖਿਆ, ਮੈਂ ਕਿੰਨੀ ਕੁ ਡਿਊਟੀ ਦੇਵਾਂ? 3100 ਦਾ ਮਤਲਬ ਕੱਢੋ, ਇੱਕ ਦਿਨ ਦਾ 100 ਰੁਪਇਆ, ਤਸਲਾ ਢੋਣ ਵਾਲੇ ਨੂੰ ਵੀ 500 ਮਿਲਦਾ ਹੈ, ਗ੍ਰੰਥੀ ਸਿੰਘ ਨੂੰ 100 ਰੁਪਇਆ ਇੱਕ ਦਿਨ ਦਾ, 3100 5100 ਜੇ ਤੁਸੀਂ ਉਹਨੂੰ ਤੁਸੀਂ ਪੈਸੇ ਦਿਓ, 15,000-20,000 ਉਹਦੀ ਸੈਲਰੀ ਲਾਓ, ਐਜੂਕੇਟਡ ਬੰਦਾ, ਪੜ੍ਹਿਆ ਲਿਖਿਆ ਰੱਖੋ। ਜੇ ਸੋਰਸ ਆਫ ਨਾ ਹੋਵੇ, ਗੁਰੂ ਸਾਹਿਬ ਗੁਰਦੁਆਰਾ ਸਾਹਿਬ 'ਚ ਇੰਨਾ ਸੋਰਸ ਨਾ ਹੋਵੇ, ਗੁਰਦੁਆਰਾ ਸਾਹਿਬ ਸੋਰਸ ਨਹੀਂ ਹੁੰਦਾ, ਮੰਨਦੇ ਆ ਗੱਲ ਬਈ, ਗੁਰੂ ਘਰ 'ਚ ਸੋਰਸ ਨਹੀਂ ਹੁੰਦਾ, ਪਰ ਇੱਕ ਪਿੰਡ ਜਿੱਥੇ ਗੁਰਦੁਆਰਾ ਸਾਹਿਬ ਨੇ, ਉੱਥੇ ਘੱਟੋ ਘੱਟ 100 ਟੱਬਰ ਤਾਂ ਹੈ ਜੀ। ਜੇ ਇੱਕ ਟੱਬਰ ਆਪਣੇ ਵਾਸਤੇ 20-25,000 ਰੁਪਇਆ ਮਹੀਨੇ ਦਾ ਕਮਾ ਕੇ ਘਰ ਚਲਾ ਸਕਦਾ ਹੈ, ਤਾਂ ਉਹ 100-200 ਰੁਪਇਆ ਗੁਰੂ ਘਰ ਵਾਸਤੇ ਵੀ ਕੱਢ ਸਕਦਾ ਨਾ, ਕੱਢ ਸਕਦਾ ਹੈ। ਪੂਰੇ ਨਗਰ ਨੂੰ ਚਲਾਉਣਾ ਪਊਗਾ, ਜੇ ਤੁਸੀਂ ਨਹੀਂ ਚਲਾ ਸਕਦੇ, ਬਣਾਓ ਹੀ ਨਾ। ਬਾਬਾ ਜੀ, ਲਾਸਟ ਸਵਾਲ ਹੈ, ਇੱਕ ਚੀਜ਼ ਲੈ ਲੈਣਾ ਤੁਹਾਡੇ ਤੋਂ, ਕੋਰਸ ਜਿਹੜੀ ਆ, ਕਿੱਡੀ ਵੱਡੀ ਸਾਜਿਸ਼ ਹੋ ਰਹੀ ਆ, ਗੁਰੂ ਦਰਬਾਰ ਸਾਹਿਬ ਬੇਅਦਬੀ ਹੁੰਦੀ ਆ, ਉਸ ਵਿਅਕਤੀ ਦੀ ਹੁਣ ਤੱਕ ਸਰਕਾਰ ਸ਼ਨਾਖਤ ਨਹੀਂ ਕਰ ਪਾਈ, ਨਾ ਤਾਂ ਉਹਦਾ ਆਧਾਰ ਕਾਰਡ ਡਾਟਾਬੇਸਿਸ ਮਿਲਿਆ, ਨਾ ਹੋਰ, ਹੁਣ ਈਵਨ ਵੱਡੇ ਪੱਧਰ 'ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਉਹਦੀ ਉਂਗਲ ਕੱਟ ਕੇ ਡਾਕਟਰ ਕਹਿ ਰਹੇ ਕਿ ਇਸ ਦੀ ਜਾਂਚ ਹੋਊਗੀ, DNA ਟੈਸਟ ਹੋ ਸਕਦਾ ਹੈ, ਐਡੀ ਕਿੱਡੀ ਵੱਡੀ ਸਾਜਿਸ਼ ਆ ਕਿ ਉਹਦਾ ਆਧਾਰ। ਸਭ ਤੋਂ ਵੱਡੀ ਵੀਰ ਜੀ ਬੇਨਤੀ ਇਹ ਆ ਵੀ ਜਿਹੜਾ ਇੱਕ ਸਾਡਾ ਪੰਜਾਬ ਹੀ ਆ, ਪੰਜਾਬ ਕੀ ਆ, ਤੁਸੀਂ ਹਿਮਾਚਲ ਜਾ ਕੇ ਆਓ, ਮੈਂ ਪਲਾਟ ਖਰੀਦਣਾ, ਉਹ ਕਹਿਣਗੇ ਨਾ ਜੀ ਨਾ, ਇੱਥੇ ਦੇ ਬੰਦੇ ਨੂੰ ਮਿਲੂਗਾ। ਰਾਜਸਥਾਨ ਜਾਓ, ਕਹਿੰਦਾ ਨਹੀਂ ਜੀ ਇੱਥੇ ਹੀ ਮਿਲੂਗਾ, ਤਾਂ ਇੱਥੇ ਦਾ ਬੰਦਾ ਲੈ ਸਕਦਾ। ਸਾਡਾ ਪੰਜਾਬ ਹੀ ਆ, ਜਿਹੜਾ ਮਰਜ਼ੀ ਚਾਰੇ ਪਾਸੇ ਤੋਂ ਆਵੇ, ਕੋਈ ਪਾਕਿਸਤਾਨੀ ਆਵੇ ਉਹ ਇੱਥੇ ਰਹਿ ਸਕਦਾ, ਕੋਈ ਹਿੰਦੁਸਤਾਨੀ ਆਵੇ ਉਹ ਇੱਥੇ ਰਹਿ ਸਕਦਾ, ਭਾਵ ਇੱਥੇ ਕਿਸੇ ਦੀ ਸ਼ਨਾਖਤ ਨਹੀਂ ਹੋ ਰਹੀ। ਹਾਂਜੀ, 3 ਕਰੋੜ ਤੋਂ ਘੱਟ ਆਬਾਦੀ ਆ ਪੂਰੇ ਪੰਜਾਬ ਦੀ, ਪਰ 3 ਕਰੋੜ ਇਕੱਲਾ ਲੁਧਿਆਣੇ 'ਚ ਹੀ ਰਹਿੰਦਾ। ਜੇ ਆਪਾਂ ਸੋਚੀਏ ਇਹ ਲੋਕ ਕੌਣ ਆ, ਕਿੱਥੋਂ ਆਏ ਆ, ਕਿਸ ਮਜ਼ਹਬ ਦੇ ਆ, ਕਿਸ ਦੀਨ ਦੇ ਆ, ਇਹਨਾਂ ਦਾ ਕਿਆ ਹੈਗਾ ਅੱਗਾ ਪਿੱਛਾ, ਕੋਈ ਉਹ ਕੁਛ ਸ਼ਨਾਖਤ ਹੀ ਨਹੀਂ ਗੀ। ਵੋਟ ਬੈਂਕ ਮੰਤਰੀ ਬਣਾਈ ਬੈਠੇ ਆਪਣਾ, ਕੋਈ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਇੱਥੇ ਸਭ ਬੰਦਿਆਂ ਦੀ ਸ਼ਨਾਖਤ ਹੋਣੀ ਜ਼ਰੂਰੀ ਆ। ਆਹ ਜਿਹੜਾ ਬੰਦਾ ਫੜਿਆ, ਇਹਦੀ ਕਿਹੜਾ ਸ਼ਨਾਖਤ ਹੋ ਗਈ? ਇਹਦਾ ਫਿੰਗਰ ਪ੍ਰਿੰਟ ਕੋਈ ਨਹੀਂ ਹੈਗਾ, ਆਧਾਰ ਕਾਰਡ ਇਹਦਾ ਕੋਈ ਨਿਕਲਿਆ, ਕਿਹੜੇ ਹੋਟਲ 'ਚ ਠਹਿਰਿਆ ਉੱਥੇ ਹੀ ਨਹੀਂ ਇਹ ਨਿਕਲਿਆ। ਕਿਹਾ ਯਾਰ ਇਹ ਲੋਕ ਬੰਬ ਬੰਨ ਕੇ ਫਿਰ ਸਕਦੇ ਆ, ਇਹ ਲੋਕ ਜਦ ਇਹਨਾਂ ਦੀ ਸ਼ਨਾਖਤ ਕੋਈ ਨਹੀਂ, ਇਹ ਲੋਕ ਬੰਬ ਬੰਨ ਕੇ ਫਿਰ ਸਕਦੇ ਆ, ਕਿਸੇ ਟੱਬਰ ਨੂੰ, ਕਿਸੇ ਇੱਥੋਂ ਤੱਕ ਕਿਸੇ ਨੂੰ ਮਾਰ ਸਕਦੇ ਆ ਇਹ ਲੋਕ, ਬਿਲਕੁਲ। ਹਾਂਜੀ, ਲੁਧਿਆਣੇ ਬਲਾਸਟ। ਔਰ ਇੱਕ ਚੀਜ਼ ਹੋਰ ਦੇਖੋ,
मैं कहना बाबा जी का एडा शुक्र आ, एडा शुक्र आ भी वह बंदे ने हरिमंदर साहब च बेअदबी तो करी पर उन्हें मत्था टेकन लगे मूहरे तो छाल मारी, पर जे वह बैकसाइड तो आ जाता, बैकसाइड तो बाबा जी का प्रकाश बिल्कुल नाल था, वह कितने पिछे खड़ के महाराज के उपर छाल मार दिता, किड्डी बेअदबी थी। पर हाँ जी, ये चीज़ा इन लोगों की शनाखत होनी बहुत जरूरी आ। जो पिछे मोदी साहब लगे तो शनाखत कहना लोगों ने रौला पा लिया तो होन नहीं देनी, वो रौला भी तो इन्होंने लोगों ने पाया था जो लोग अनलीगल बैठे थे, रौला भी तो उन्होंने लोगों ने पाया होना चाहिए। हर कंट्री में हर बंद की शनाखत होंगी है, इतने भी ये चीज़ा होनी चाहिए। बहुत मेहरबानी गलबात दे भाई सुखबीर सिंह कदोला, वड्डे सवाल जिहड़े खड़े किए ने, क्योंकि पंजाब पंजाबीयत दीआं गल्लां जरूर होनियां, साढ़े मौलिक फर्ज की ने, साढ़े मुढ़ले फर्ज की ने, गुरु ग्रंथ साहब प्रति साढ़े फर्ज की बनते हैं, असी खुद की करते हैं, साढ़े असी किस तरह बेअदबियां ते आपो अपने तरीके दे नाल काबू पाया जा सकता है। ये तमाम गल्लां सुखबीर सिंह जी ने सांझियां कीतियां, पर सब तो वड्डी है कि राजनीति, हर एक मसले ते राजनीति जरूर होंदी आ। गुरु साहब की बेअदबी पिछले सरकार नूं लैके अगली सरकार आई, सरकार दे विचों ही एक फिर सरकार आई, पर कहण दा मतलब जिहड़ा मुद्दा वह ज्यों दा त्यों आ, पर बेअदबियां दरबार साहब तक पहुँच गईयां। कौन है इन्हां बेअदबियां दे पिछे, कौन क्या करवा रहा, क्यों करवा रहा ते की उहदा मकसद है, यह हजे तक एक पहेली बनिया होया। कैमरामैन अरविंद दे नाल गगन शुक्ला, डेली पोस्ट पंजाबी।